ਮੈਂ ਤੈਨੂੰ ਦੱਸਿਆ ਉਹ ਕਹਿੰਦਾ ਮੈਂ ਨੀ ਲੈਣਾ ਹੋਈ ਹੋਊਗੀ ਇੱਥੇ ਕਿੰਨੇ ਆ ਵੀ ਕਿੰਨਾ ਕੁ ਮਾਲ ਖਰੀਦਣਾ ਅੱਜ ਫਿਰ ਠੀਕ ਹੈ ਬੱਕਰੀ ਖਰੀਦਣੇ ਕਿ ਹੋਰ ਸਾਰੀ ਵਰਾਇਟੀ ਠੀਕ ਹੈ ਉਹ ਬੱਕਰਾ ਖਰੀਦਿਆ ਬਾਈ ਨੇ ਖੀਰਾ ਬੱਚਾ ਦਾ ਕਿੰਨੇ ਦਾ ਗਿਆ ਰਗਾਲਾ ਬੱਕਰਾ ਮੰਡੀ ਤੇ ਪਹਿਲਾ ਸੌਦਾ ਖੀਰਾ ਬੱਚਾ ਤੂੰ ਕਿਹੜਾ 500 ਲੈ ਕੇ ਭੱਜ ਜੇਗਾ ਫੜ ਲੈ ਕਰਦੇ ਪੱਕੇ ਲਾ ਦੇ ਜਿੰਨੇ ਲਾਦਾ ਤੈਨੂੰ ਫੜਤਾ ਲੈ ਉਹ ਫੜ ਲੈ ਤੂੰ ਦੱਸ ਰਾਹ ਦੇਈ ਬੈਠਾ ਤੈਨੂੰ ਕਰਦੇ 305 ਦਾ ਬਸ ਉਹ ਮੈਂ ਪੁੱਛਿਆ ਹੀ ਨਹੀਂ ਮੈਂ ਯਾਰ ਲੈ ਉਹ ਧੱਕੇ ਨਾਲ 300 ਰੁਪਏ ਬੋਲਿਆ ਮੰਨਦੇ ਨਹੀਂ ਪੈਂਦਾ ਟੋਪੀ ਦੇ ਦੇ ਯਾਰ ਮੰਨਦਾ ਨਹੀਂ ਬਦੰਦਰ ਯਾਰ ਤਾਂ ਚਲ ਕੀ ਹੁੰਦਾ ਯਾਰ ਆਪਾਂ ਦਾ ਕਿਹੜੇ ਕੀ ਪੂਰੇ ਕਰ ਲਿਖਾਈ ਉਹ ਕਰਾ ਦੂਗਾ ਉਹਨੇ ਜੀ ਪੈ ਗਿਆ ਬਸ ਹੁਣ ਕੀ ਫਰਕ ਰਹਿ ਗਿਆ ਲਿਖਾਈ ਉਹ ਕਰਾ ਦੂਗਾ ਬਸ ਹੋ ਗਿਆ ਕਿੰਨੇ ਦਾ 305 ਦਾ ਲਿਖਾਈ ਉਹ ਕਰਾ ਦੂਗਾ 5500 ਜੀ ਪੈ ਜਾਊਗਾ ਆਹ ਫੜ ਨਹੀਂ ਰਹਿਣ ਦੇ ਲਿਖਾਈ ਸਾਢੇ ਪੰਜ ਛੱਡ ਦੇ ਛੱਡਦੇ ਛੱਡਦੇ ਨਾ ਮੱਥਾ ਮਾਰ ਬੱਕਰੇ ਦਾ ਹੋ ਗਿਆ ਸੌਦਾ ਲੈ ਹੀ ਲਿਆ ਖਿੱਚ ਧੋ ਕੇ ਕਿਹੜਾ ਪਿੰਡ ਬਾਈ ਆਪਣਾ ਗੁਰੂ ਕਾ ਕੋਠਾ ਠੀਕ ਹੈ ਸੌਦਾ ਚੱਲ ਰਿਹਾ ਸੌਦਾ ਕਰ ਰਹੇ ਹੈਗੇ ਕੋਠਿਆਂ ਦੇ ਯਾਦੀ ਤੇ ਸੋਨੇ ਚੰਗੀ ਪੱਠ ਹੈਗੀ ਦਿਖਾਉਣਾ ਤੁਹਾਨੂੰ ਅੱਗੇ ਪੱਠ ਵੀ ਦਿਖਾਵਾਂਗੇ ਜੇ ਸੌਦਾ ਜੇ ਬਣਿਆ ਤਾਂ ਬਾਈ ਕਿੰਨਾ ਮੁੱਲ ਕਰਦਾ ਕਿੰਨੇ 'ਚ ਸੌਦਾ ਸਾਰਾ ਤੁਹਾਨੂੰ ਦਿਖਾਵਾਂਗੇ ਤੁਸੀਂ ਰੌਣਕ ਦੇਖ ਲਓ ਪਹਿਲਾਂ ਮੰਡੀ 'ਤੇ ਪ੍ਰੀਤ ਵੀ ਪਹੁੰਚਿਆ ਔਲ ਖਾਣ ਵਾਲਾ ਕਬੂਤਰਾਂ ਦਾ ਸ਼ੌਕੀਨ ਦੱਸ ਫਿਰ ਤੂੰ ਬੋਲ ਮੂੰਹ ਬੋਲ ਦੇ ਫਿਰ ਬਸ ਬਸ ਇਦੂ ਵੱਧ ਨੀ ਹੁਣ ਪੂਰੇ 16 ਦੀ ਸਾਈ ਫੜਨੀ ਤਾਂ ਫੜ ਫੜਦੀ ਚੱਲ ਹੁਣ ਤਾਂ ਨੀ ਕਰੀ ਹੁਣ ਤਾਂ ਕੋਈ ਸਹੀ ਹੈ ਠੀਕ ਹੈ ਫਿਰ ਚੱਲ ਆ ਜਾਓ ਦੱਸ ਬਾਈ ਕਿਹੜਾ ਪਿੰਡ ਬਾਈ ਪਿੰਡ ਦੱਸ ਦੋ ਕਿੰਨਾ ਮੁੱਲ ਕਰਦੇ ਪੜਦਾ 22000 ਅੱਜ ਤੁਹਾਨੂੰ ਪੜ ਦਿਖਾਉਣੇ ਬਾਈ ਇਹਨੂੰ ਪੁੱਛਦੇ ਆ ਜਾ ਆ ਹੋ ਗਈ 16000 ਚ ਆ ਪੜਦਾ ਸੌਦਾ ਦੋ ਦਾ ਆਉਂਦਾ ਬਾਈ ਜੀ 22000 ਰੁਪਇਆ ਮੁੱਲ ਕਰਦੇ 16000 ਰੁਪਏ ਚ ਹੋ ਜਾਂਦੇ
ਕਿਵੇਂ ਬਾਈ ਸੋਨੀ? ਠੀਕ ਆ, ਕਿੰਨੇ ਚ ਹੋ ਗਿਆ ਬਾਈ ਸੌਦਾ ਆਪਣਾ? 16,000 16,000 ਚ? ਕਿਹੜਾ ਪਿੰਡ ਆ ਬਾਈ ਆਪਣਾ? ਕੋਠੇ ਦਸ਼ਮੇ। ਠੀਕ ਹੈ।